लो भी लोडिंग मझा हो रही तुम देख सकते हो गे एम पी भोपाल झोटा पहुंचा सी बाहूबली डॉक्टर बलजिंदर सिंह दराज तो बहुत चंगी ब्लड लाइन का झोटा गा तो आप सारी गलबात कराने बी दिन पंज की जगह ही है पंज मतलब सौखिया जा बन गिया28 किलो 640 ग्राम रिकॉर्ड हो ज्यादातर कटिया रही है ना ज्यादातर 70% कटिया रही है मैं 100 ਤੋਂ ਪਹਿਲਾਂ ਭਰ ਚੁੱਕਿਆ ਇਹਨਾਂ ਦੀ ਅੱਛਾ ਜੀ ਲੈ ਕੇ ਇਹਨਾਂ ਤੇ ਰਿਜ਼ਲਟ ਆਏ ਆ ਕੁਝ ਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਜ਼ਿਆਦਾਤਰ ਰਿਸੈਪਸ਼ਨ ਰੇਟ ਬਹੁਤ ਜ਼ਿਆਦਾ ਹੈ ਜੀ ਰਿਸੈਪਸ਼ਨ ਰੇਟ ਪੂਰਾ ਚੰਗਾ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੀ ਸਟੇਟ ਆਪਣੀ ਜੀ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਕਿੰਨੇ ਖਰੀਦੀਆਂ ਜੀ 5 ਖਰੀਦੇ ਆ ਕਿਹੜੇ ਬਿਆੰਤ ਖਰੀਦੇ ਆਗੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਆ ਆਪਣੇ ਚੈਨਲ ਢਾਲੀਵਾਲ ਡੇਰੀ ਫਾਰਮ 03 ਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਮੌੜ ਜਿਹੜੀ ਕਿ ਹਰੇਕ ਮਹੀਨੇ ਦੀ 20 ਤਰੀਕ ਨੂੰ ਲੱਗਦੀ ਆ ਤੇ ਮਹੀਨੇ 'ਚ ਇੱਕ ਵਾਰ ਕੋਈ ਮੰਡੀ ਲੱਗਦੀ ਆ ਪੱਕੀ ਮੰਡੀ ਹੈਗੀ ਤੇ ਮੰਡੀ ਬਹੁਤ ਭਰਦੀ ਆ ਤੁਸੀਂ ਮੰਡੀ ਦਾ ਓਵਰਵਿਊ ਦੇਖ ਸਕਦੇ ਹੋ ਤੇ ਅੱਜ ਥੋੜਾ ਜਿਹਾ ਫਰਕ ਆ ਅੱਗੇ ਜ਼ਿਆਦਾ ਭਰਦੀ ਹੁੰਦੀ ਅੱਜ ਥੋੜਾ ਜਿਹਾ ਮਾਲ ਘੱਟ ਹੈਗਾ ਥੋੜਾ ਹੀ ਫਰਕ ਆ ਜਾਣੀ ਜ਼ਿਆਦਾ ਨਹੀਂ ਹੈਗਾਗਾ ਤੇ ਆ ਬਾਕੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਮੰਡੀ ਦਾ ਸਾਰਾ ਮਾਹੌਲ ਤੁਹਾਡੇ ਸਾਹਮਣੇ ਹੀ ਹੈਗਾ चैनल नूं अपने नूं सबसक्राइब जरूर कर लियो ते पेज नूं अपने नूं फॉलो कर लियो ताकि तुहानूं नवां नोटिफिकेशन वीडियो दा मिलदा रहे ते इधरले पासे भी तुसीं देख सकदे होंगे ते आ देख सकदे हो इधर तुसीं टॉप टॉप दीआं मझां इधरली साइड भी देख सकदे होंगे ते चैनल च एंड तां ही जुड़े रहो ते आपां तुहानूं दिखाउणे आ चंगे चंगे जानवर ते अगे आपां तुहानूं 23 तरीक नूं आउणी जगराओं मंडी वह भी तुहानूं दिखावांगे आपां कवर करके बाकी होर भी सारिया मंडिया आप कवर कर देंगे एंड ते जुड़े रहो तो आप कर दे शुरुआत दिखाने जानवर हाँ जी दोस्तों सत श्रीकाल जी सारे सारे का स्वागत अपने चैनल के उत्ते अज पहुंचे सी आप पशु मंडी मौड़ इतने झोटा पहुंचा सी बाहूबली डॉक्टर बलजिंदर सिंह दराज तो बहुत चंगी ब्लड लाइन का झोटा गा तो आप सारी गलबात कराने बी दे डिटेल लेने आप सारी बी तो हाँ जी बी सत श्रीकाल जी सत बी अपना एड्रैस दस दो एक बार मेरा नाम बलजिंदर सिंह हाँ जी पिंड दराज है जिला बरनला जिला बरनाले च पैंदा जी जिला बरनला ते होर केड़े पिंड पैंदे पासे आसे इहदे नेड़े ही तपा मंडी पैंदा जी नेड़े तपा मंडी तपा मंडी ठीक है जी ते बेड़ा जेड़ा अपना हा झोटा बई ते इहदी की डिटेल आ गई इह मतलब ना की इहदा बाहूबली है वीरे हाँ जी ਇਹਦੀ ਮਾਂ ਦਾ ਨਾਮ ਹੈਗਾ ਬੀਬੋ ਬੀਜੀ ਰੁੜਕੀ ਬਲੈਂਗ ਡੈਰੀ ਫਾਰਮ ਦੀ ਹੈ ਵੀਰੇ ਉਹ ਅੱਛਾ ਜੀ ਤੇ ਉਹ ਆਪਣੇ ਅੱਜ ਘਰ ਹੈ ਆਪਣੇ ਕੋਲੇ ਹੀ ਆ ਆਪਣੇ ਕੋਲੇ ਆ ਠੀਕ ਹੈ ਜੀ ਤੇ ਇਹਦੀ ਜਿਹੜਾ ਬਾਪ ਆ ਉਹ ਹੈਗਾ 14-70-10 ਠੀਕ ਹੈ ਜੀ ਤੇ ਜਿਹੜਾ ਉਹਦੀ ਮਾਂ ਦਾ ਇਹਦੀ ਮਾਂ ਦਾ ਰਿਕਾਰਡ ਹੈਗਾ ਉਹ ਹੈਗਾ 28 ਕਿਲੋ 640 ਗ੍ਰਾਮ ਰਿਕਾਰਡ ਹੋਇਆ ਹੈ ਇਹਦੀ ਮਾਂ ਦਾ ਬੀਬੋ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਹੜਾ ਇਹਦਾ ਫਾਦਰ ਹੈ ਜੀ ਹਾਂਜੀ ਉਹਦਾ ਪਤਾ ਹੈ ਰਿਕਾਰਡ ਮਾਂ ਦਾ ਉਹਦਾ ਹੈਗਾ 25 ਕਿਲੋ 100 ਗ੍ਰਾਮ 25 ਕਿਲੋ 100 ਗ੍ਰਾਮ ਅੰਬਾਲੇ ਵਾਲੇ ਹਰ ਬਲਾਸ ਉਹਦੇ ਉਹਨਾਂ ਕੋਲ ਸੀਗਾ ਉਹਨਾਂ ਕੋਲ ਗਿਆ ਉਹ ਹਨਾ 14-70-10 ਹਾਂਜੀ ਹਾਂਜੀ ਤੇ ਉਹਦਾ ਵੀ ਰਿਕਾਰਡ ਚੰਗਾ ਹੈ ਨਾ ਬਾਈ ਹਾਂਜੀ ਤੇ ਰਿਜ਼ਲਟ ਵੀ ਚੰਗੇ ਆ ਰਹੇ ਹਨ ਰਿਜ਼ਲਟ ਵਧੀਆ ਜੀ ਇਹਦਾ 70% ਕੱਟੀਆਂ ਆ ਰਹੀਆਂ ਜੀ ਅੱਛਾ ਇਹਦੀਆਂ ਕੱਟੀਆਂ ਆ ਰਹੀਆਂ ਹਾਂਜੀ ਹਾਂਜੀ 70% ਕੱਟੀਆਂ ਆ ਰਹੀਆਂ ਠੀਕ ਹੈ ਜੀ ਤੇ ਬੱਚੇ ਹੂੰ ਕਿਹੋ ਜੇ ਆਉਂਦੇ ਆ ਬਾਈ ਜੀ ਇਹ ਬੱਚੇ ਸਾਰੇ ਜੈਡ ਬਲੈਕ ਆ ਰਹੇ ਜੈਡ ਬਲੈਕ ਹੀ ਆਉਂਦੇ ਆ ਪੂਛ ਮਾੜੀ ਮੋਟੀ ਕੋਈ ਆਉਂਦੀ ਆ ਤੇ ਮੋਟੀ ਤਾਂ ਪਾਉਂਦੀ ਆ ਜੀ ਨਹੀਂ ਆਉਂਦੀ ਜੀ ਜਮੇ ਜੈਡ ਬਲੈਕ ਆਉਂਦੇ ਸਾਰੇ ਜੈਡ ਬਲੈਕ ਆਉਂਦੇ ਥਣਾ ਦੀ ਸਪੇਸ ਬਹੁਤ ਜ਼ਿਆਦੀ ਆ ਅੱਛਾ ਜੀ ਹਾਂਜੀ ਤੇ ਬਾਕੀ ਬੋਡੀ ਸਟਰਕਚਰ ਕਿਸ ਤਰ੍ਹਾਂ ਦਾ ਹੁੰਦਾ ਜੀ ਉਹ ਵਧੀਆ ਹੁੰਦਾ ਵੀਰੇ ਪੂਰਾ ਵਧੀਆ ਹੁੰਦਾ ਬਹੁਤ ਜ਼ਿਆਦਾ ਹੈਵੀ ਆ ਰਿਹਾ ਬੱਚਾ ਇਹਦਾ ਠੀਕ ਹੈ ਜੀ ਤੇ ਸੀਮਨ ਬਾਈ ਲੱਗ ਰਿਹਾ ਫੀਲਡ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਲੱਗ ਰਿਹਾ ਵੀਰੇ ਠੀਕ ਹੈ ਜੀ ਤੇ ਆਪਣਾ ਵੈਟਰਨਰੀ ਦਾ ਕੰਮ ਹੀ ਆਪਣਾ ਵੀ ਹੈ ਨਾ ਵੀਰੇ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਕੰਮ ਕਰਦੇ ਨੂੰ ਆਪਾਂ ਨੂੰ ਹੋ ਗਏ 23-24 ਸਾਲ ਹੋ ਗਏ ਕੰਮ ਕਰਦੇ ਨੂੰ ਅੱਛਾ ਜੀ ਠੀਕ ਹੈ ਜੀ ਤੇ ਇਹਦੇ ਹੁਣ ਸੀਮਨ ਰੈਡੀ ਹੈ ਜੀ ਹਾਂ ਸੀਮਨ ਤਿਆਰ ਹੈ ਵੀਰੇ ਇਹਦਾ ਕੀ ਪ੍ਰਾਈਸ ਸੀਮਨ ਦਾ ਜੀ ਇਹ 200 ਰੁਪਏ ਵੀਰੇ 200 ਰੁਪਿਆ 61 ਦਾ ਹਾਂਜੀ ਠੀਕ ਹੈ ਜੀ ਤੇ ਜੇ ਆਪਾਂ ਮਤਲਬ ਤੁਹਾਨੂੰ ਕੋਈ ਸਾਦ ਆ ਗਈ ਹੈ ਜੀ ਵਾਸਤੇ ਤੇ ਤੁਸੀਂ ਆਪ ਵੀ ਜਾ ਸਕਦੇ ਆਪ ਵੀ ਜਾਂਦੇ ਆ ਵੀਰੇ 5 ਰੁਪਏ ਕਿਲੋਮੀਟਰ ਲੈਨੇ ਆ 150 ਰੁਪਏ ਭਰਾਈ ਲੈਨੇ ਆ 200 ਰੁਪਏ ਦੀ ਠੀਕ ਹੈ ਜੀ 5 ਰੁਪਏ ਮਤਲਬ ਕਿਲੋਮੀਟਰ ਦੇ ਹਿਸਾਬ ਨਾਲ 150 ਭਰਾਈ ਹੈ ਹਾਂਜੀ ਠੀਕ ਹੈ ਜੀ ਤੇ ਆਪਾਂ ਕਿੰਨੀ ਕੁ ਵਾਰ ਤੇ ਜਾ ਸਕਦੇ ਆ ਜੀ 100 ਕਿਲੋਮੀਟਰ ਤੱਕ ਭਰ ਕੇ ਆਉਣਾ ਠੀਕ ਹੈ
100 ਕਿਲੋਮੀਟਰ ਤਾਂ ਹੀ ਆਪਾਂ ਨੂੰ ਮਤਲਬ ਆਪਣੇ ਏਰੀਆ 'ਚ ਕਿਤੇ ਵੀ ਕੋਈ ਸੱਦ ਹੈ ਤੇ ਆਪਾਂ ਸੀਮਨ ਲਾ ਆਵਾਂਗੇ ਸੀਮਨ ਭਰ ਕੇ ਆਉਣੇ ਠੀਕ ਹੈ ਜੀ ਤੇ ਜਿਹੜਾ ਆਪਣਾ ਮਤਲਬ ਸੀਮਨ ਦੀ ਸਪਲਾਈ ਕਰਦੇ ਆ ਉਹ ਹਰਨੇਕ ਸਿੰਘ ਸਪਲਾਇਰ ਆ ਜਿਹੜੇ ਅੱਛਾ ਸਪਲਾਇਰ ਵੀ ਹੈਗੇ ਹੈਗੇ ਹਾਂਜੀ ਆਲ ਪੰਜਾਬ 'ਚ ਆ ਜੀ ਹਰਨੇਕ ਸਿੰਘ ਹਾਂਜੀ ਤੇ ਉਹਨਾਂ ਦਾ ਕਿਹੜਾ ਏਰੀਆ ਵੈਸੇ ਉਹਨਾਂ ਦਾ ਆਲ ਪੰਜਾਬ 'ਚ ਹੀ ਕੰਮ ਕਰਦੇ ਆ ਆਲ ਪੰਜਾਬ 'ਚ ਹੀ ਕੰਮ ਕਰਦੇ ਆ ਠੀਕ ਹੈ ਜੀ ਤੇ ਕੋਈ ਹੋਰ ਵੀ ਹੈਗਾ ਨਹੀਂ ਹੋਰ ਕੋਈ ਨਹੀਂ ਇੱਕ ਹੀ ਹੈਗਾ ਇੱਕ ਸਪਲਾਇਰ ਹੀ ਆ ਠੀਕ ਆ ਉਹਨਾਂ ਦਾ ਕੰਟੈਕਟ ਨੰਬਰ ਯਾਦ ਆ ਜੀ ਉਹਨਾਂ ਦਾ ਕੰਟੈਕਟ ਨੰਬਰ ਤੁਹਾਨੂੰ ਦੇ ਦੇਣਾ ਵਿੱਚੋਂ ਕਿਸੇ ਫੋਨ ਕੱਢ ਲੈਣਾ ਹਾਂਜੀ ਦੱਸੋ ਕਿੰਨਾ ਜੀ ਹਰਨੇਕ ਸਿੰਘ ਦਾ ਨੰਬਰ ਹੈਗਾ ਜੀ 98722 98722 90957 90957 ਹਾਂਜੀ ਇਹ ਹਰਨੇਕ ਸਿੰਘ ਦਾ ਨੰਬਰ ਹੈ ਇੱਕ ਨੰਬਰ ਹੋਰ ਲਿਖ ਲਓ ਜੀ ਤੁਸੀਂ ਹਾਂਜੀ 89862 89862 ਹਾਂਜੀ 59743 59743 ਹਾਂਜੀ ਹਾਂ ਇਹ ਦੋਨੇ ਨੰਬਰ ਹਰਨੇਕ ਸਿੰਘ ਦੇ ਹਰਨੇਕ ਸਿੰਘ ਦੇ ਜੀ ਇਹਦੇ ਨਾਲ ਤੁਸੀਂ ਮਨ ਆਪਣਾ ਲੈ ਸਕਦੇ ਹੋ ਇਹ ਮਤਲਬ ਸਾਰੇ ਪੰਜਾਬ ਚ ਸਪਲਾਈ ਹੈਗੀ ਸਾਰੇ ਪੰਜਾਬ ਚ ਸਪਲਾਈ ਹੈ ਜੀ ਤੇ ਆਪਣੇ ਹੋਰ ਸਟੇਟਾਂ ਦੇ ਵਿੱਚ ਤਾਂ ਨਹੀਂ ਨਹੀਂ ਹੋਰ ਸਟੇਟ ਚ ਨਹੀਂ ਇਕੱਲੇ ਪੰਜਾਬ ਚ ਹੀ ਆ ਹਰਿਆਣੇ ਚ ਤਾਂ ਨਹੀਂ ਗਈ ਨਹੀਂ ਜੀ ਹਰਿਆਣੇ ਚ ਇਕੱਲੇ ਪੰਜਾਬ ਚ ਮਨਜੀਤ ਸਿੰਘ ਚਾਂਦਪੁਰੀ ਆ ਜੀ ਅਸੀਂ ਹਰਿਆਣੇ ਚ ਵੀ ਹੈਗੀ ਹਾਂ ਹਾਂਜੀ ਹਾਂਜੀ ਡਾਕਟਰ ਆ ਜੀ ਚਾਂਦਪੁਰੀ ਦੇ ਠੀਕ ਹੈ ਜੀ ਉਹਨਾਂ ਤੋਂ ਸੀਮਨ ਮਿਲ ਜੂਗਾ ਉਹਨਾਂ ਤੋਂ ਸੀਮਨ ਮਿਲ ਜੂਗਾ ਤੇ ਆਪਣਾ ਹੋਰ ਨਹੀਂ ਕੋਈ ਸਪਲਾਇਰ ਹੈਗਾ ਜੀ ਹੋਰ ਨਹੀਂ ਜਾਂ ਬਸ ਆਪਣੇ ਕੋਲੋਂ ਘਰੋਂ ਮਿਲੂਗਾ ਜਾਂ ਇਹ ਭਰਾ ਆਪਣੇ ਡਾਕਟਰ ਨੇ ਅੱਛਾ ਇਹ ਵੀ ਆਪਣਾ ਵੈਟਰਨਰੀ ਦਾ ਕੰਮ ਕਰਦੇ ਆ ਹਨਾ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਹਰਦੀਪ ਸਿੰਘ ਆ ਜੀ ਕਿਹੜਾ ਸੱਦਾ ਸਿੰਘ ਵਾਲਾ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਹਾਂਜੀ ਆਪਣੇ ਕੋਲੇ ਵੀ ਅਵੇਲੇਬਲ ਆ ਬਾਹੂਬਲ ਦੇ ਸੀਮਨ ਜੀ ਹਾਂਜੀ ਸੀਮਨ ਆ ਸਾਡੇ ਕੋਲ ਠੀਕ ਹੈ ਜੀ ਤੇ ਆਪਾਂ ਕਿੱਥੋਂ ਤਾਈਂ ਜਾ ਸਕਦੇ ਹਾਂਗੇ ਆਪਾਂ ਜੀ 50 ਕਿਲੋਮੀਟਰ ਦੇ ਦਾਇਰੇ ਚ ਸੱਦਾ ਸਿੰਘ ਵਾਲੇ ਤੋਂ ਲੈ ਕੇ 50 ਕਿਲੋਮੀਟਰ ਦੇ ਦਾਇਰੇ ਤੇ ਜਾ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਮਤਲਬ ਜੇ ਵੀ ਤੁਹਾਨੂੰ ਕੋਈ ਸਾਦਾ ਤੇ ਤੁਸੀਂ ਜਾ ਸਕਦੇ ਹੋ ਹਨਾ ਤੇ ਜਿਹੜਾ ਆਪਣਾ ਖਰਚਾ ਹੈਗਾ ਉਹ ਸੇਮ ਹੀ ਆ ਸੇਮ ਹੀ ਖਰਚਾ ਜੀ ਠੀਕ ਹੈ ਜੀ ਤੇ ਆਪਣੇ ਰਿਜ਼ਲਟ ਆ ਤੁਹਾਨੂੰ ਪਤਾ ਹੀ ਹੋਣਾ ਫੀਲਡ ਚ ਵੀ ਕਿਸ ਤਰ੍ਹਾਂ ਦੇ ਆ ਰਹੇ ਆ ਕਨਸੈਪਸ਼ਨ ਰੇਟ ਬਹੁਤ ਜ਼ਿਆਦਾ ਆ ਜੀ ਕਨਸੈਪਸ਼ਨ ਰੇਟ ਪੂਰਾ ਚੰਗਾ ਹਾਂ ਜੀ ਹਾਂ ਠੀਕ ਹੈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 94643 ਜੀ 94643 40201 40201 ਹਾਂਜੀ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਜੀ ਆਪਣਾ ਕੀ ਨਾਮ ਆ ਜੀ ਡਾਕਟਰ ਦਿੱਕਤ ਸਿੰਘ ਜੀ ਕਿਹੜਾ ਪਿੰਡ ਆ ਜੀ ਸੰਦੋਹਾ ਜੀ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਹੈ ਜੀ ਆਪਣੇ ਕੋਲੇ ਵੀ ਬਾਹੂਬਲ ਦੇ ਸੀਮਨ ਅਵੇਲੇਬਲ ਆ ਜੀ ਆਪਣੇ ਕੋਲੇ ਬਾਹੂਬਲ ਦੇ ਸੀਮਨ ਠੀਕ ਹੈ ਜੀ ਤੇ ਆਪਾਂ ਕਿੱਥੋਂ ਤਾਈਂ ਜਾ ਸਕਦੇ ਹਾਂਗੇ 50 ਕਿਲੋਮੀਟਰ ਦੇ ਏਰੀਆ 'ਚ ਜਾ ਸਕਦੇ 50 ਕਿਲੋਮੀਟਰ ਦੇ ਏਰੀਆ 'ਚ ਕੋਈ ਵੀ ਸਾਦਾ ਤੇ ਆਪਾਂ ਵੀ ਜਾ ਸਕਦੇ ਜਾ ਸਕਦੇ ਠੀਕ ਹੈ ਜੀ ਤੇ ਪ੍ਰੋਸੈਸਿੰਗ ਸਾਰਾ ਸੇਮ ਹੀ ਹੈ ਨਾ ਜੋ ਖਰਚੇ ਦਾ ਹੈ ਨਾ ਹਾਂਜੀ ਠੀਕ ਹੈ ਜੀ ਤੇ ਕੀ ਰਿਜ਼ਲਟ ਵਧੀਆ ਰਹੇ ਪੂਰੇ ਜੀ ਬਹੁਤ ਵਧੀਆ ਜੀ ਟੌਪ ਦਾ ਰਿਜ਼ਲਟ ਹੈ ਠੀਕ ਹੈ ਜੀ ਤੇ ਜ਼ਿਆਦਾਤਰ ਕੱਟੀਆਂ ਆ ਰਹੀਆਂ ਹਨ ਜ਼ਿਆਦਾਤਰ 70% ਕੱਟੀਆਂ ਆ ਰਹੀਆਂ ਜੀ ਮੈਂ 100 ਸੀਬਲ ਤੋਂ ਪਹਿਲਾਂ ਭਰ ਚੁੱਕਿਆ ਇਹਨਾਂ ਦੀ ਅੱਛਾ ਜੀ ਲੈ ਕੇ ਇਹਨਾਂ ਤੇ ਰਿਜ਼ਲਟ ਆਏ ਆ ਕੁਝ ਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਜ਼ਿਆਦਾਤਰ ਕੱਟੀਆਂ ਆ ਰਹੀਆਂ ਹਾਂਜੀ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ 99154 ਜੀ 99154 47336 47336 ਹਾਂਜੀ ਠੀਕ ਹੈ ਜੀ ਧੰਨਵਾਦ ਓਕੇ ਤੇ ਡਾਕਟਰ ਸਾਹਿਬ ਆਪਣਾ ਵੀ ਦੱਸ ਦਿਓ ਤੇ ਆਪਣੇ ਹੋਰ ਵੀ ਬੁੱਲ ਹੈਗੇ ਆ ਨਾ ਘਰੇ ਹਾਂਜੀ ਹਾਂਜੀ ਆਪਣੇ ਬੁੱਲ ਹੈਗੇ ਕਿਹੜੇ ਕਿਹੜੇ ਆ ਹੋਰ ਜੀ ਇੱਕ ਸੂਰਜ ਆ ਜੀ ਸੂਰਜ ਦਾ ਵੀ ਸੀਮਨ ਤਿਆਰ ਹੈ ਉਹਦਾ ਵੀ ਅੱਛਾ ਜੀ ਸਕਦੇ ਆਪਾਂ ਤੋਂ ਸੂਰਜ ਹੈਗਾ ਮੇਰੇ ਖਿਆਲ ਨਾਲ 1099 ਦਾ ਹਾਂਜੀ ਹਾਂਜੀ 1099 ਦਾ ਜੀ ਮਾਂ ਬੀਬੋ ਹੀ ਆ ਗਈ ਹਨਾ ਬੀਬੋ ਆ ਗਈ ਜੀ ਤੇ ਇੱਕ ਆਪਣੇ ਘਰੇ ਹੋਰ ਛੋਟਾ ਹਨਾ ਤਾਜ ਤਿਆਰ ਕਰੀ ਜਾਂਦੇ ਆ ਜੀ ਉਹਦਾ ਬਾਬਾ ਸਮਰਾਟ ਥੇਮਕੇਰੀਆਂ ਸਮਰਾਟ ਥੇਮਕੇਰੀਆਂ ਉਹਦੀ ਮਾਂ ਵੀ ਬੀਬੋ ਆ ਉਹਦੀ ਮਾਂ ਵੀ ਬੀਬੋ ਹੀ ਆ ਤਿੰਨਾਂ ਦੀ ਮਾਂ ਬੀਬੋ ਹੀ ਆ ਤੇ ਆਪਣੇ ਘਰੇ ਹੀ ਆ ਹਨਾ ਹਾਂਜੀ ਹਾਂਜੀ ਘਰੇ ਆ ਠੀਕ ਆ ਬਾਈ ਜੀ ਤੇ ਉਹਦਾ ਤਾਂ ਹਜੇ ਸੀਮਨ ਤਿਆਰ ਹੋਇਆ ਨਹੀਂ ਹੋਣਾ ਨਾ ਜੀ ਉਹਦਾ ਤਿਆਰ ਨਹੀਂ ਹੋਇਆ ਉਹਦੀ ਉਮਰ ਛੋਟੀ ਹੋਊ ਹਨਾ ਦੇਖੋ ਜੀ ਉਹਦੀ ਹੈਗੇ 15 ਕੁ ਮਹੀਨਿਆਂ ਦੀ ਉਮਰ 15 ਕੁ ਮਹੀਨਿਆਂ ਦੀ ਹੈ ਜੀ ਮਤਲਬ ਸੂਏ ਦਾ ਹੀ ਆ ਜੀ ਉਹ ਠੀਕ ਹੈ ਜੀ ਹਾਂਜੀ ਉਹਨੂੰ ਤਾਂ ਫਿਰ ਹਜੇ ਟਾਈਮ ਲੱਗੂ ਹਨਾ ਹਾਂਜੀ ਤੇ ਜਿਹੜਾ ਆਪਣਾ ਦੂਜਾ ਬੁੱਲ ਆ ਜੀ ਤਾਜ ਆਪਣਾ ਦੂਜਾ ਸੂਰਜ ਹਾਂਜੀ ਉਹਦੇ ਵੀ ਸੀਮਨ ਅਵੇਲੇਬਲ ਆ ਵੀ ਸੀਮਨ ਅਵੇਲੇਬਲ ਉਹ ਵੀ ਆਪਣੇ ਕੋਲੋਂ ਮਿਲ ਜੂ ਉਹ ਵੀ ਆਪਣੇ ਕੋਲੋਂ ਮਿਲ ਤੇ ਇਹਨਾਂ ਬਾਈਆਂ ਕੋਲੋਂ ਵੀ ਮਿਲ ਜੂ ਹੈ ਹਾਂਜੀ ਹਾਂਜੀ ਇਹਨਾਂ ਨੂੰ ਵੀ ਅਵੇਲੇਬਲ ਕਰਾ ਦਿਆਂਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਇੱਕ ਐਡਰੈਸ ਬੋਲ ਦਿਓ ਜੀ ਆਪਣਾ ਨੰਬਰ ਪਿੰਡ ਹੈਗਾ ਜੀ ਪਿੰਡ ਦਰਾਜ ਹਾਂਜੀ ਤਪਾ ਮੰਡੀ ਨੇੜੇ ਹੈ ਜੀ ਨੇੜੇ ਤਪਾ ਮੰਡੀ ਹਾਂ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਹਾਂਜੀ ਕੰਟੈਕਟ ਨੰਬਰ ਜੀ 98152 79346 98152 ਹਾਂਜੀ 79340 79340 92564 92564 39130 ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹਾਂਜੀ ਦੋਸਤੋ ਮੱਝਾਂ ਖਰੀਦੀਆਂ ਗਈਆਂ ਇਸ ਬਾਈ ਨੇ ਖਰੀਦ ਕੇ ਦਿੱਤੀਆਂ ਗੱਲਬਾਤ ਕਰਾਉਂਦੇ ਹਾਂਗੇ ਤੇ MP ਭੋਪਾਲ ਜਾਣੀਆਂ ਤੇ ਪੰਜ ਖਰੀਦੀਆਂ ਨਾ ਪੰਜ ਝੋਟੀਆਂ ਖਰੀਦੀਆਂ ਬਹੁਤ ਚੰਗੀਆਂ ਟੌਪ ਦੀਆਂ ਤੇ ਬਾਈ ਨਾਲ ਗੱਲਬਾਤ ਕਰਾਉਣੇ ਜਿਹਨੇ ਖਰੀਦੀਆਂ ਤੇ ਜਿਹਨੇ ਖਰੀਦ ਕੇ ਦਿੱਤੀਆਂ ਤੇ ਦੋਨਾਂ ਨਾਲ ਆਪਾਂ ਗੱਲਬਾਤ ਕਰਾਉਣੇ ਆਂਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਆਪਾਂ ਖਰੀਦ ਕੇ ਦਿੱਤੀਆਂ ਗਈਆਂ ਹਾਂਜੀ ਬਾਈ ਜੀ ਠੀਕ ਹੈ ਜੀ
ਤੇ ਆਪਣਾ ਮਤਲਬ ਕੰਮ ਆ ਲੈ ਕੇ ਦੇਣ ਦਾ ਹਨ ਹਾਂ ਮੇਰੇ ਕੋਲੇ ਗਾਹਕ ਬਹੁਤ ਯੂਪੀ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਸਾਰੇ ਆਉਂਦੇ ਨੇ ਅੱਛਾ ਸਾਰੇ ਤਰ੍ਹਾਂ ਦੇ ਆਉਂਦੇ ਹਾਂ ਹਾਂਜੀ ਹਾਂਜੀ ਠੀਕ ਆ ਸਾਰੇ ਸਟੇਟਾਂ ਦੇ ਨਾਲ ਆਇਆ ਟੁੱਟੀ ਜਾ ਕਰਕੇ ਅੱਛਾ ਜੀ ਹਰਸੂਰ ਸਿੰਘ ਠੀਕ ਆ ਠੀਕ ਹੈ ਤੇ ਇਹ ਮਿਹਨਤ ਕਰ ਰਿਹਾ ਅੱਜ ਇਹਨੇ ਵੀ ਬਹੁਤ ਸਾਥ ਦਿੱਤਾ ਸਾਡਾ ਤੇ ਬਾਈ ਰਜੇਸ਼ ਜੀ ਆਏ ਹੋਏ ਨੇ ਠੀਕ ਹੈ ਇਹਨੂੰ ਮੱਝਾਂ ਲੈ ਕੇ ਦਿੱਤੀਆਂ ਨੇ ਇਹਨਾਂ ਬਾਈਆਂ ਨੇ ਖਰੀਦੀਆਂ ਹਾਂ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਕਿਹੜੀ ਸਟੇਟ ਆਪਣੀ ਜੀ मुल मल चंगा ठीक है दुध नू भी वधिया तसल्ली ठीक है ठीक है मंडिया ते सारिया दी पहुंच दे माल लेके जाने हरेक तो है यूट्यूब राही मिले बाई नू कि आ गए इथे तुसी कल पहुंच गए सुबह 4 बजे आ गए थे यहां पे भाई कोले खड़े फिर आके नहीं नहीं मंडी ते आ गए मंडी पे आए अच्छा मंडी ते आ गए सीगे डायरेक्ट मंडी ते मिल ले सी 17 घंटा लगे आप ठीक है जी ते हुण थोड़ी तसल्ली होगी पूरी हुण जिन्ने खरीदनियां सीगी अच्छा से सर्टिफाइड है ठीक है जी ते भाई दे काम तो किवें दा संतुष्ट हो पूरे बढ़िया बढ़िया बहुत बढ़िया आदमी ठीक है जी ते जे किसी ने होर भी खरीदनियां होणगीयां ते भाई बारे की कहना चाहुंदे भाई बारे हां मैं ये बोलना चाहूंगा आप आइए पाजी से संपर्क कीजिए आपको इस मंडी में आके इतना आपको ना ही दिक्कत परेशानी होने देंगे और ना ही किसी से पैसे में लेन देन में कोई प्रॉब्लम नहीं होगी और आप इनके थ्रू लेंगे तो आपको बेनिफिट ही होगा नुकसान नहीं होगा ये चीज अनुभव मैंने कर चुका हूँ ठीक है जी भी मतलब बंदा थोनू पूरा बढ़िया लगे भी किसी ने होर भी आना तो भाई को आ सकते हैं जी बिल्कुल ठीक है जी गोपाल बुला रहे हैं उनको एड्रेस अपना प्रॉपर दस दियो जी जी मध्य प्रदेश भोपाल कॉन्टेक्ट नंबर अपना 9965-866-764 दोबारे बोल दो थोड़े हौली 9965-866-766 ठीक है धन्यवाद जी ते भाई अपना केड़ा एरिया का मेरा भी मैं मनजीत सिंह पिंड दसौंदिया जिला मानसा पंजाब मेरा मोबाइल नंबर है 9852-34-329 9852-34-329 हाँ जी दूजा नंबर है 88-47-88-47 56-57-54 हाँ जी ठीक है जी ते हाँ भाई जी कोई दिक्कत नहीं अपने को जो भी बंदा आऊगा खुश करके भेजांगे ऐसी गल नहीं देखो दलाली साडा काम असीं करदे आ जां माल ओह लैणियां कह के लैणे वाले नूं हां जी हां जी खुश हो के मैनूं अज वधदे के गए ने 4000 रुपया उहनां नूं क्योंकि खुशी मिली वी माल चंगा दवाया जिन्ना इहनां दे कहण मुताबिक माल लैके दित्ता माल पूरा वधिया लैके दित्ता जो इहनां दा पसंद दा उहदे हिसाब नाल हैना माल खड़ा कोले माल पैस खुली खड़ी है ठीक है जी आ ट्राई मरवा दने आ मैं सदम लैके दित्तियां ने इक दो आहा झोटियां लैके दित्तियां दोस्तो थोनूं दिखा दिंदे आंगे इह के कड्डे दित्ते ने इह नहीं 143 की है क्वालिटी देख सकदे हो आ 145 दी हैगी 143 सूआ केड़ा है दा तीजा सूआ है किन्नी दुध दी कैपेसिटी दसी है 16 20 किलो दी गारंटी दित्ती है भी कह रहा मालक कहंदा सी मैनूं पैसे भी बाद च भेज दो जो तुहाडे कोल 20 किलो दुध हो जूगी अच्छा जी पर आपां इहनां नूं 16 किलो दी गारंटी दे के भेजी है इत्थे ते गारंटी आपां 16 ही दित्ती है ठीक है ਤੇ ਦੂਜੀਆਂ ਦੀ ਐਵਰੇਜ ਕਿੰਨੀ ਹੈ ਇਹ ਵੀ 10 ਕਿਲੋ ਨਹੀਂ ਕਹਿ ਕੇ ਦਿੱਤੀ ਆ ਬਜੇ 14-15 ਕਿਲੋ ਦੁੱਧ ਕੱਟੀਆਂ ਪਾਉਣੀਆਂ ਚੰਗੀਆਂ ਨੇ ਹੁਣ ਚੋਈਆਂ ਹੋਈਆਂ ਨੇ ਸਾਰੀਆਂ ਸਾਰੀਆਂ ਚੋਈਆਂ ਹੋਈਆਂ ਉਹ ਸੂਈਆਂ ਵੰਗਾ ਸਾਰੀਆਂ ਹਾਂ ਤਾਜ਼ੀਆਂ ਜੀ ਸਾਰੀਆਂ ਤਾਜ਼ੀਆਂ ਸੂਈਆਂ ਹਾਂ ਵੀ ਤੇ ਇੱਕ ਦੋ ਦਿਨ ਮੇ ਵੀ ਆਣੀ ਹੋ ਇਹ ਰਹਿੰਦੀ ਹੈ ਗੱਲੀ ਹੈ ਆਹ ਰਹਿੰਦੀ ਹੈ ਸਾਰੀਆਂ ਚੋਈਆਂ ਹੋਈਆਂ ਨੇ ਆਲਰੇਡੀ ਬੱਚੇ ਇੱਕ ਰਹਿੰਦੀ ਹੈਗੀ ਨਹੀਂ ਚੋਣ ਵਾਲੀ ਇੱਕ ਵੀ ਨਹੀਂ ਰਹਿੰਦੀ ਸਾਰੀਆਂ ਚੋਈਆਂ ਨੇ ਸਭ ਅਭੀ ਕੀ ਨਹੀਂ ਹੈ ਅੱਛਾ ਵਿਆਹੀਆਂ ਵੰਗਾ ਸਾਰੀਆਂ ਹੀ ਮਤਲਬ ਹਾਂ ਜੀ ਬਹੁਤ ਬੜੀਆ ਹੈ मतलब घर चो भी कई मंडी चो नहीं फिट पैंदा पिंड च भी आऊ व्हीकल खड़े ने कोई दिक्कत नहीं 15 बंदे आउंदे ने उहनां वास्ते रहण सहण वास्ते जगह रहण वास्ते प्रबंध है घरे रह सकदा भैया कोई गल नहीं बकायदा कमरा बनया होया रहण वास्ते सारा प्रबंध बरांडा वधिया
अपने घरे तो नहीं पशु खड़ा होंगे माल नहीं ला रहा सौ कहना तू वेला होके दवाएगा लाई उन्हें अगली मंडी तू माल नहीं ला रहा गाया दोवा दवाने गाय ठीक है जी धन्यवाद लो भी लोडिंग मझा हो रही तुम देख सकते हो गे एम पी भोपाल पशु सौखा रहा लोड करती थोड़ा जगह लोडिंग मजा भी हो रही है तुम देख सकते हो इस तरह लोडिंग होंगी बाहर वास्ते दोबारे फिर दिखा दें गल बात कराती जी पहला पांच पैसे है जगराओं मंडी आना जगराओं मंडी हाँ। जगराओं भी आओगे हाँ ठीक है मिलते हैं जगराओं भी फिर तेई नीख सकते हो क्वालिटी चंगी है जी झोटिया की पहले तो दूजे सूए है ज्यादातर एक तीजे सूए है देख सकते हो तुम लोडिंग होंगी तुम देख सकते हो किस तरह लोडिंग होंगी है बच्चे देख सकते इन्हों के पांच मझां लोड करियां ते पांच दी जगह ही है पांच मतलब सौखियां जा बणनगियां ते वो तो एक होर भी जाऊगी बिच पर पांच सौखियां जा बणनगियां पांच तो ज्यादा नहीं चाहिए फिर पशु औखा हो जाता इधर तुम पासे का दृश्य भी देख सकते हो इधर मध्य एक झोटी छटनी आएगी दबारे बी सीधी करके चढ़ाते पहले दूसरे लोड कर ली सी पहलवान है ना हाँ। 1,13,000 की ली है हाँ। ठीक है अच्छी क्वालिटी में ली है फिर तो हाँ। Yeah.
हो गया डन किन्ने टाइम च पहुंचू जी रास्ते में तो कोई दिक्कत नहीं है रास्ते में दो जगह उतारनी पड़ेगी दो जगह उतारनी पड़ेगी वो तो रेस्ट दबाने के लिए है ना रेस्ट के लिए ठीक है कहाँ कहाँ पे तो ग्वालियर का लगभग ग्वालियर एक राजस्थान में एक राजस्थान में राजस्थान और ग्वालियर दो जगह स्टॉप होगी उसके बाद पहुँच जाएगी ठीक है